ਮੁੰਡਾ ਸਕੂਲੋਂ ਕੱਟ ਦਿੱਤਾ ਆ ਔਰ ਪੁਲਿਸ ਫੜ ਕੇ ਲੈ ਗਈ ਹੈ। ਕਿੰਨੀ ਕਲਾਸ ਦੇ ਲਈ? ਕੋਈ 9th ਦੀ ਗੱਲ ਨਹੀਂ ਕਲਾਸ ਦੇ। ਬੇਟਾ ਪੇਪਰ ਦੇ ਕੇ ਸਕੂਲ ਤੋਂ ਚਲੇ ਗਈਆਂ ਸੀਗੀਆਂ ਤੇ ਸਕੂਲ ਤੋਂ ਜਾ ਕੇ ਆਪਣੇ ਆਟੋ 'ਚ ਕੁੜੀਆਂ ਨਹੀਂ ਬੈਠੀਆਂ ਤੇ ਮੈਂ ਵੀ ਕਿਸੇ ਫਰੈਂਡ ਦੇ ਘਰ ਚਲੇ ਗਈਆਂ ਹੁਣ ਆ, ਕਿਉਂਕਿ ਉਸ ਕੁੜੀ ਜਿਹੜੀਆਂ ਗਈਆਂ ਉਹਨਾਂ ਦੀ ਛੋਟੀ ਭੈਣ ਵੀ ਉੱਥੇ ਸੀਗੀ ਆਟੋ ਲਈ ਖੜੀ ਤੇ ਉਹ ਵੱਡੀ ਕਹਿ ਕੇ ਗਈ ਆ ਵੀ ਮੈਂ ਆਉਂਦੀ ਹਾਂ ਫਿਰ ਆਪਾਂ ਚੱਲਦੇ ਹਾਂ। ਨੌਵੀਂ ਜਮਾਤ ਦੀਆਂ ਕੁੜੀਆਂ ਸੀਗੀਆਂ, ਇੱਕ ਦਾ ਨਾਂ ਹੈਗਾ ਅੰਸ਼ਿਕਾ, ਦੂਸਰੀ ਦਾ ਨਾਂ ਕੀ ਹੈ ਸ਼ਵਾਤੀ। 9th ਕਲਾਸ ਦੀਆਂ ਦੋਵੇਂ ਕੁੜੀਆਂ। ਕਾਹਦਾ ਪੇਪਰ ਦੇਣ ਆਏ ਸੀ? ਸੋਸ਼ਲ ਸਟੱਡੀ ਦਾ। ਅੱਛਾ, ਤੇ ਇਹ ਕਿੰਨੇ ਵਜੇ ਇੱਥੋਂ ਦੀ ਪੇਪਰ ਦੇ ਕੇ ਨਿਕਲੀਆਂ? 11:30 11:30 ਪੇਪਰ ਦੇ ਕੇ ਬਾਹਰ ਨਿਕਲ ਗਈਆਂ ਸੀਗੀਆਂ। ਜਿਹੜੇ ਜਿਸ ਵਹੀਕਲ 'ਚ ਜਾਂਦੀ ਹੈ ਸਕੂਲ ਦਾ ਵਹੀਕਲ ਸੀ? ਨਹੀਂ ਨਹੀਂ, ਸਕੂਲ ਦਾ ਕੋਈ ਵਹੀਕਲ ਨਹੀਂ ਸੀਗਾ, ਉਹਨਾਂ ਦਾ ਆਪਣੇ ਪੇਰੈਂਟਸ ਹੀ ਅਰੇਂਜ ਕੀਤਾ ਹੋਇਆ ਸੀਗਾ। ਸਾਡੀ ਉਹਦੇ ਫਾਦਰ ਨਾਲ ਗੱਲ ਹੋਈ ਹੈਗੀ ਆ, ਅੰਸ਼ਿਕਾ ਦੇ ਫਾਦਰ ਨਾਲ, ਉਹ ਕਹਿ ਰਹੇ ਕਿ ਇੱਕ ਲੜਕਾ ਸੀਗਾ ਉਹਨੂੰ ਇੱਥੋਂ ਦੀ ਇਨਵੈਸਟੀਗੇਟ ਕੀਤਾ ਗਿਆ ਹੈਗਾ ਆ 15-20 ਦਿਨ ਪਹਿਲਾਂ, ਤੇ ਉਹ ਤੰਗ ਵੀ ਕਰਦਾ ਸੀ ਉਹਨਾਂ ਦੀ ਕੁੜੀ। ਇਹ ਤੇ ਉਹਨੇ ਸਾਨੂੰ ਨਹੀਂ ਦੱਸਿਆ, ਸਾਨੂੰ ਕੋਈ ਕੰਪਲੇਂਟ ਨਹੀਂ ਕੀਤੀ ਤੇ ਉਹਦੇ ਮਦਰ ਕਹਿ ਰਹੇ ਸੀ ਕਿ ਸਾਨੂੰ ਵੀ ਨਹੀਂ ਪਤਾ ਇਸ ਚੀਜ਼ ਦਾ। ਉਹ ਇੱਥੇ ਦੇਖਿਆ ਸੀਗਾ, ਇੱਥੇ ਪਹਿਲਾਂ ਪੜ੍ਹਦਾ ਸੀਗਾ ਪਰ ਇੱਥੇ ਉਹਨੂੰ ਦੇਖਿਆ ਸੀਗਾ ਕਿਸੇ ਟੀਚਰ ਨੇ, ਉਹ ਸ਼ਾਇਦ 9th ਦਾ ਹੀ ਸੀ, ਉਹ ਵੀ ਉਹ ਸਕੂਲ 'ਚ ਨਹੀਂ ਹੈ, ਉਹਦਾ ਨਾਂ ਕੱਟ ਦਿੱਤਾ ਗਿਆ ਸੀਗਾ। ਕਿਸ ਵਜ੍ਹਾ ਨਾਲ ਉਹਦਾ ਨਾਮ ਕੱਟਿਆ ਗਿਆ ਸੀ? ਉਹ ਬੱਚੇ ਦਾ ਨਹੀਂ ਸੀ ਠੀਕ, ਪੜ੍ਹਦਾ ਨਹੀਂ ਸੀਗਾ, ਇਨਡਿਸਿਪਲਿਨ ਕ੍ਰੀਏਟ ਕਰਦਾ ਸੀਗਾ, ਗੈਰ ਹਾਜ਼ਰ ਰਹਿੰਦਾ ਸੀ। ਕਿ ਜਿਹੜੀ ਅੰਸ਼ਕਾ ਨਾਮ ਦੀ ਲੜਕੀ ਹੈਗੀ ਆ ਉਹਨੂੰ ਉਹ ਲੜਕਾ ਉਹਨਾਂ ਨੂੰ ਬਹੁਤ ਤੰਗ ਕਰਦਾ ਸੀ। ਨਹੀਂ ਫਿਰ ਸਾਨੂੰ ਦੱਸਣਾ ਚਾਹੀਦਾ ਸੀ ਜਾਂ ਪੇਰੈਂਟਸ ਨੂੰ ਬਾਦਰ ਕਰਨਾ ਚਾਹੀਦਾ ਸੀ, ਮੈਨੂੰ ਦੱਸਣਾ ਚਾਹੀਦਾ ਸੀ, ਹੈ ਨਾ, ਮੈਨੂੰ ਦੱਸਣਾ ਚਾਹੀਦਾ ਕੀ ਇਹਦੇ ਤੇ। ਅਸੀਂ ਬੜੇ ਵਰੀਡ ਹਾਂ ਜਦ ਤੱਕ ਬੱਚੀਆਂ ਮਿਲ ਨਹੀਂ ਜਾਂਦੀਆਂ, ਕਿਉਂਕਿ ਉਹ ਬੱਚੀਆਂ ਮੇਰੇ ਸਕੂਲ ਪੜ੍ਹਦੀਆਂ ਆ ਤੇ ਮੈਂ ਤਾਂ ਬੜੀ ਫਿਕਰਮੰਦ ਆ ਜਦ ਤੱਕ ਮਿਲ ਨਹੀਂ ਜਾਂਦੀਆਂ। ਤੁਹਾਡੇ ਉਹਨਾਂ ਦੇ ਮਾਪਿਓ ਨਾਲ ਗੱਲ ਹੋਈ? ਹੋਈ ਆ, ਬੜੇ ਅਪਸੈਟ ਸੀਗੇ ਉਹ ਤੇ ਮੈਂ ਉਹਨਾਂ ਨੂੰ ਕਿਹਾ ਅਪਸੈਟ ਨਾ ਹੋਵੋ, ਆਪਾਂ ਕੋਸ਼ਿਸ਼ ਕਰਦੇ ਹਾਂ, ਜ਼ਰੂਰ ਬੱਚੀਆਂ ਆਪਣੀ ਕਿਸੇ ਫਰੈਂਡ ਦੇ ਘਰ ਹੀ ਬੈਠੀਆਂ ਹੋਣਗੀਆਂ। ਇਸ ਬਾਰੇ ਪੁਲਿਸ ਨਾਲ ਕੋਈ ਤੁਹਾਡੀ ਗੱਲ ਹੋਈ? ਪੁਲਿਸ ਨੂੰ ਮੇਰੇ ਨਾਲ ਨਹੀਂ ਕੋਈ ਗੱਲ ਹੋਈ, ਪੁਲਿਸ ਨੂੰ ਸ਼ਾਇਦ ਉਹਨਾਂ ਨੇ ਇਨਫੋਰਮ ਕੀਤਾ, ਮੈਂ ਤਾਂ ਜੇ ਕੋਸ਼ਿਸ਼ ਮਤਲਬ ਕਰ ਹੀ ਰਹੀ ਸੀਗੀ ਕਿ ਪਤਾ ਕਰੀਏ ਉਹਦੀ ਕਿਹੜੀ ਫਰੈਂਡ ਆ, ਕਿਹਦੇ ਘਰ ਜਾ ਸਕਦੀ ਹਾਂ, ਉਹਨਾਂ ਦਾ ਘਰ ਨੇੜੇ ਕਿਹੜਾ ਹੈ, ਮੈਂ ਇਹ ਕੋਸ਼ਿਸ਼ ਕਰ ਰਹੀ ਸੀਗੀ ਤੇ ਉਹ ਫਿਰ ਉਹ ਪੁਲਿਸ ਨੂੰ ਮੇਰੇ ਖਿਆਲ ਉਹਨਾਂ ਦੇ ਪੇਰੈਂਟਸ ਨੇ ਇਨਫੋਰਮ ਕੀਤਾ। ਤੁਹਾਡੇ ਮਤਲਬ ਪੁਲਿਸ ਵਾਲਿਆਂ ਨੇ ਅਜੇ ਤੱਕ ਕੋਈ ਗੱਲਬਾਤ ਨਹੀਂ? ਨਹੀਂ, ਆਏ ਸੀਗੇ ਪੁੱਛ ਰਹੇ ਸੀ ਜਿਵੇਂ ਉਹ ਵੀ ਬਈ ਮੈਡਮ ਇਹਨੇ ਕਦੋਂ ਗਈਆਂ, ਕਿਵੇਂ ਹੋਇਆ, ਇਹੋ ਜਿਹੀਆਂ ਗੱਲਾਂ ਤਾਂ ਹੋਈਆਂ, ਸਾਰੀ ਪੁੱਛ ਰਹੇ ਨੇ। ਹਾਂ, ਆਪਣਾ ਨਾਮ ਕੀ ਹੈ? ਮੇਰਾ ਨਾਮ ਬਰਜਿੰਦਰ ਪ੍ਰਿੰਸ ਬਰਜਿੰਦਰ ਕੌਰ। ਮੈਡਮ ਪੁਲਿਸ ਨੇ ਇੱਕ ਬੱਚਾ ਰਾਉਂਡ ਅਪ ਵੀ ਕੀਤਾ। ਹਾਂਜੀ, ਉਹਨਾਂ ਨੇ ਦੱਸਿਆ, ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ, ਉਹੀ ਬੱਚਾ ਜਿਹੜਾ ਰੈਸਟੀਗੇਟ ਕੀਤਾ ਹੈ? ਉਹ ਬੱਚਾ ਉਹਦੇ ਜਿਹੜੇ ਲੜਕੀ ਦੇ ਮੇਰਾ ਖਿਆਲ ਬ੍ਰਦਰ ਸੀਗਾ ਉਹ ਲੈ ਕੇ ਆਇਆ ਸੀਗਾ ਤੇ ਉਹਨੂੰ ਫਿਰ ਉਹਨਾਂ ਪੁੱਛਿਆ, ਉਸ ਬੱਚੇ ਨੇ ਦੱਸਿਆ ਬਈ ਇੱਥੇ ਇੱਕ ਸੀਗਾ ਸਾਡੇ, ਇੱਕ ਟੀਚਰ ਹਰਿੰਦਰ ਪਾਲ ਆ, ਉਹਨਾਂ ਨੇ ਦੱਸਿਆ ਵੀ ਮੈਂ ਬਾਹਰ ਦੇਖਿਆ ਸੀ ਉਹਨੂੰ, ਉਹਨਾਂ ਨੇ ਫਿਰ ਉਹਦੇ ਉਹਨਾਂ ਦੇ ਦੱਸਣ 'ਤੇ ਹੀ ਉਸ ਬੱਚੇ ਨੂੰ ਫੜਿਆ ਸੀਗਾ, ਲੈ ਕੇ ਗਿਆ। ਕੀ ਉਹੀ ਬੱਚਾ ਰੈਸਟੀਗੇਟ ਕੀਤਾ ਸੀਗਾ? ਉਹਨੂੰ ਤੰਗ ਕਰਦਾ ਸੀਗਾ ਨਾ। ਹਾਂਜੀ, ਉਹ ਮੁੰਡਾ ਸਕੂਲੋਂ ਕੱਢ ਦਿੱਤਾ ਆ, ਉਹਨੂੰ ਪੁਲਿਸ ਫੜ ਕੇ ਲੈ ਗਈ ਹੈ। ਕਿੰਨੀ ਕਲਾਸ ਸੀਗਾ? ਕੋਈ 9th ਵਿੱਚ ਸੀਗਾ, 9ਵੀਂ ਕਲਾਸ ਦੇ ਵਿੱਚ। ਇੱਕੋ ਸਕੂਲ ਪੜ੍ਹਦੇ? ਇੱਕੋ ਸਕੂਲ 'ਚ ਪੜ੍ਹਦੇ ਸੀਗੇ, ਹੁਣ ਨਹੀਂ ਪੜ੍ਹਦਾ, ਪੇਪਰ ਚੱਲਦੇ ਪਰ ਮੁੰਡਾ ਸਕੂਲੇ ਨਹੀਂ ਆਉਂਦਾ, ਸਕੂਲ ਵਾਲਿਆਂ ਨੇ ਕੱਢਿਆ ਹੋਇਆ ਮੁੰਡਾ। ਅੱਛਾ, ਕਿੰਨੇ ਚਿਰ ਤੋਂ ਕੱਢਿਆ ਸੀ ਮੁੰਡੇ ਨੂੰ? ਆਹ ਪੇਪਰ ਹੋ ਗਏ 15-20 ਦਿਨ ਹੋ ਗਏ ਆ, ਆਈਡੀਆ ਸੀ ਆ। ਨਾਮ ਕੀ ਹੈ ਮੁੰਡੇ ਦਾ? ਮੁੰਡੇ ਦਾ ਮਨੀਸ਼ ਨਾਮ ਮੁੰਡੇ ਦਾ। ਅਤੇ ਤੁਹਾਡੀ ਬੇਟੀ ਦਾ ਨਾਮ ਕੀ ਹੈ? ਅੰਸ਼ਿਕਾ ਸ਼ਰਮਾ। ਦੋ ਬੇਟੀਆਂ? ਮੇਰੀ 3 ਬੇਟੀਆਂ। ਮੈਨੂੰ 11:30 ਪਤਾ ਲੱਗਾ, ਜਦੋਂ ਪੇਪਰ ਖਤਮ ਹੋਇਆ ਵੈਨ ਲੱਗੀ ਹੋਈ ਹੈ, ਵੈਨ ਵਾਲਾ ਮੁੰਡਾ ਕਹਿੰਦਾ ਕਿ ਭਾਜੀ ਤੁਹਾਡੀ ਕੁੜੀਆਂ ਸਾਡੇ ਕੋਲ ਖੜੀਆਂ ਸੀਗੀਆਂ, 2 ਮਿੰਟ ਹੁਣੇ ਇੱਥੇ ਸੀਗੀਆਂ, 15 ਮਿੰਟ ਤੋਂ ਮੈਂ ਲੱਭਦਾ ਨਹੀਂ, ਲੱਭਦੀਆਂ ਨਹੀਂ ਪਈਆਂ। 11:30 ਦੇ ਪੇਪਰ ਖਤਮ ਹੋਇਆ, 11:32 ਦੇ ਉੱਪਰ ਟੈਂਪੂ ਬਾਹਰ ਖੜਾ ਸੀਗਾ, ਕੁੜੀਆਂ ਖੜੀਆਂ ਸੀ ਮੇਰੀਆਂ। ਤੁਹਾਨੂੰ ਕੀ ਲੱਗਦਾ ਕੁੜੀਆਂ ਕਿਸੇ ਨਾਲ ਗਈਆਂ ਕਿ ਕੋਈ ਉਹਨਾਂ ਨੂੰ ਲੈ ਕੇ ਗਿਆ? ਮੈਨੂੰ ਆਪਣੇ ਬੱਚੇ ਦਾ ਪਤਾ ਨਾ। ਕਿੱਥੇ ਰਹਿਣ ਵਾਲੇ? ਕਰੋਲ ਬਾਗ ਗੁਲਾਣੀ ਯੂਨੀਵਰਸਿਟੀ। ਕੀ ਨਾਮ ਹੈ ਤੁਹਾਡਾ? ਮੇਰਾ ਸ਼ਿਲੰਦਰ ਸ਼ਰਮਾ। ਕੀ ਕੰਮ ਕਰਦੇ? ਇਲੈਕਟ੍ਰੀਸ਼ਨ ਦਾ, ਮੇਰੀ ਬਿਜਲੀ ਦੁਕਾਨ ਹੈ। ਕਿਹੜੀ ਹੈ? ਗੁਲਾਣੀ ਯੂਨੀਵਰਸਿਟੀ ਫਾਰਮ। ਪਤਾ ਹੋਈਆਂ ਸਰਕਾਰੀ ਸਕੂਲ ਤੋਂ ਦੁਆਬਾ ਦੇ। ਕੀ ਮਾਮਲਾ? ਇਹ ਬੱਚੇ ਸੀਗੇ ਪੇਪਰ ਦੇਣ ਗਏ ਸੀ, ਉਹ ਤੋਂ ਬਾਅਦ ਲੜਕੀਆਂ ਉੱਥੋਂ ਨਿਕਲੀਆਂ ਸਕੂਲ ਤੋਂ ਅਤੇ ਆਪਣੇ ਘਰ ਨਹੀਂ ਪਹੁੰਚੀਆਂ, ਜਿਨ੍ਹਾਂ ਦੀ ਭਾਲ ਜਾ ਰਹੀ ਹੈ, ਅਸੀਂ ਉਹਨਾਂ ਨੂੰ ਲੱਭ ਰਹੇ ਨੇ, ਉਹਦੀਆਂ ਫਰੈਂਡਸ ਦੇ ਘਰ, ਆਸੇ ਪਾਸੇ CCTV ਕੈਮਰੇ ਦੀ ਫੁਟੇਜ ਚੈੱਕ ਕਰਦੇ ਹਾਂ ਅਤੇ ਜੋ ਵੀ ਸੁਰਾਗ ਲੱਗ ਗਿਆ ਫਿਰ ਨੈਕਸਟ ਅਸੀਂ ਤਫਤੀਸ਼ ਲੈ ਆਵਾਂਗੇ। ਸਰ, 9ਵੀਂ ਕਲਾਸ ਦੀ ਕੁੜੀਆਂ ਕਿੰਨੇ ਸਾਲ ਦੀਆਂ? ਇਹ 9ਵੀਂ ਕਲਾਸ ਦੀਆਂ ਲੜਕੀਆਂ ਨੇ ਅਤੇ 14 ਸਾਲ ਦੇ ਕਰੀਬ ਇਹਨਾਂ ਦੀ ਏਜ ਹੈਗੀ ਹੈ। ਕਿੰਨੀਆਂ ਕੁੜੀਆਂ ਗਾਇਬ ਹੋਈਆਂ? ਇਹ 2 ਗਈਆਂ ਨੇ,
ਦੋਨੋਂ ਫਰੈਂਡਸ ਨੇ ਇੱਕੋ ਕਲਾਸ ਦੀਆਂ ਨੇ ਅਤੇ ਬਾਕੀ ਅਸੀਂ ਭਾਲ ਕਰ ਰਹੇ ਹਾਂ, ਉਮੀਦ ਹੈ ਜਲਦੀ ਅਸੀਂ ਲੱਭ ਲਵਾਂਗੇ।